ਬਹੁਤ ਘੱਟ ਪਰਿਵਾਰ ਹੈਗੇ ਆ ਜਿਹੜੇ ਸ਼ਾਮਾਂ ਨੂੰ ਇਕੱਠਾ ਡਿਨਰ ਕਰਦੇ ਆ, ਇਕੱਠੇ ਹੋ ਕੇ ਬਹਿ ਕੇ ਟੇਬਲ 'ਤੇ ਖਾਂਦੇ ਆ, ਆਪਣੇ ਸਾਰੇ ਦਿਨ ਦੀਆਂ ਗੱਲਾਂ ਕਰਦੇ ਆ, ਅੱਜ ਦਿਨ ਕਿੱਦਾਂ ਦਾ ਨਿਕਲਿਆ, ਸਕੂਲ ਕਿੱਦਾਂ ਨਿਕਲਿਆ, ਕਾਲਜ ਦਾ ਕੀ ਟਾਈਮ ਸੀਗਾ, ਕਿੱਦਾਂ ਹੋਇਆ। ਵੈਰੀ ਰੇਅਰ ਇੱਦਾਂ ਦਾ ਫੈਮਲੀਆਂ ਹੁੰਦੀਆਂ ਆ। ਤੁਸੀਂ ਆਪਣੇ ਘਰ ਦਾ ਮਾਹੌਲ ਕਿੱਦਾਂ ਦਾ ਰੱਖਦੇ ਆ, ਹਸਬੈਂਡ ਵਾਈਫ ਦੀ ਰਿਲੇਸ਼ਨਸ਼ਿਪ ਕਿੱਦਾਂ ਦੀ ਆ, ਕਿ ਨਿਆਣੇ ਤੁਹਾਡੇ ਨਾਲ ਓਪਨ ਕਨਵਰਸੇਸ਼ਨ ਕਰ ਸਕਦੇ ਆ, ਤੁਹਾਨੂੰ ਗੱਲਬਾਤ ਕੋਈ ਪੁੱਛ ਸਕਦੇ ਆ, ਦੱਸ ਸਕਦੇ ਆ, ਕਿ ਤੁਹਾਡਾ ਬੱਚਾ ਫੀਲ ਕੰਫਰਟੇਬਲ ਕਰਦਾ ਕਿ ਮੈਂ ਆਪਣੇ ਮੰਮਾ ਪਾਪਾ ਨੂੰ ਦੱਸਦਾ ਮੇਰੇ ਨਾਲ ਸਕੂਲੇ ਅੱਜ ਕੀ ਹੋਇਆ। ਟਰਾਈ ਟੂ ਕ੍ਰੀਏਟ ਦੈਟ ਇਨਵਾਇਰਮੈਂਟ ਐਟ ਹੋਮ। ਨਿਆਣੇ ਜੰਮਣੇ ਅਤੇ ਨਿਆਣਿਆਂ ਨੂੰ ਸਹੀ ਸਿੱਖਿਆ ਦੇਣੀ ਆ ਟੂ ਡਿਫਰੈਂਟ ਥਿੰਗਸ। ਨਿਆਣਿਆਂ ਨੂੰ ਆਪਣੇ ਨੂੰ ਵੈਲਿਊ ਦੱਸਿਆ ਕਰੋ ਕਿ ਕੀ ਚੀਜ਼ ਆ, ਕੀ ਫੈਮਲੀ ਰੂਲਸ ਹੈਗੇ ਆ, ਕੀ ਰਾਈਟਸ ਹੈਗੇ ਆ, ਕੀ ਤੁਸੀਂ ਮੰਗਦੇ ਆ ਘਰ ਦੇ ਵਿੱਚ, ਮਾਹੌਲ ਕਿੱਦਾਂ ਦਾ ਚਾਹੀਦਾ ਆ। ਇਹ ਨਾ ਹੋਵੇ ਕਿ ਨਿਆਣਾ ਘਰ ਇੱਦਾਂ ਦੇ ਕੱਪੜੇ ਪਾ ਕੇ ਚਲ ਜਾਵੇ ਤਾਂ ਬਾਹਰ ਜਦੋਂ ਸਕੂਲ ਜਾਣਾ ਬੈਕਪੈਕ ਦੇ ਵਿੱਚ ਉਹਦੇ ਕੋਲ ਹੋਰ ਕੱਪੜੇ ਹੋਣ, ਔਰ ਬਾਹਰ ਬੁਲਿੰਗ ਹੁੰਦਾ ਹੋਵੇ, ਕੋਈ ਉਹਨੂੰ ਗਾਲਾਂ ਕੱਢਦਾ ਹੋਵੇ ਜਾਂ ਉਹਦਾ ਫਨ ਬਣਾਉਂਦਾ ਹੋਵੇ, ਤੁਸੀਂ ਇੱਦਾਂ ਦੇ ਹੈਗੇ ਪੇਰੈਂਟਸ ਕਿ ਆਪਣੇ ਬੱਚਿਆਂ ਨੂੰ ਸੁਣ ਸਕੋ। ਇਹ ਨਾ ਹੋਵੇ ਕਿ ਆਪ ਹੀ ਸਾਰਾ ਬਲੇਮ ਉੱਤੇ ਲਾਈ ਜਾਓ ਕਿ ਤੇਰੇ 'ਚ ਹੀ ਇਹ ਨੁਕਸ ਹੋਣਾ ਆ। ਸਟਾਰਟ ਲਿਸਨਿੰਗ ਟੂ ਯੂਰ ਕਿਡਸ, ਕਿਉਂਕਿ ਸਕੂਲਾਂ ਦੇ ਵਿੱਚ ਕਈ ਵਾਰੀ ਗਾਈਡੈਂਸ ਪੂਰੀ 100% ਸਹੀ ਨਹੀਂ ਮਿਲ ਰਹੀ ਹੁੰਦੀ ਗੀ। ਤੁਹਾਨੂੰ ਸਭ ਨੂੰ ਪਤਾ ਆ ਕਿ ਸੋਸ਼ਲ ਮੀਡੀਆ 'ਤੇ ਕੀ ਚੱਲਦਾ ਹੈਗਾ ਆ। ਤੁਸੀਂ ਆਪਣੇ ਘਰ ਦੀ ਵੈਲਿਊ, ਘਰ ਦੇ ਬਾਉਂਡਰੀਜ ਸੈੱਟ ਕਰਿਆ ਕਰੋ ਆਪਣੇ ਬੱਚਿਆਂ ਦੇ ਨਾਲ। ਟ੍ਰਾਈ ਸਪੈਂਡਿੰਗ ਟਾਈਮ ਵਿਦ ਦੈਮ, ਲਿਸਨ ਕਰਿਆ ਕਰੋ। ਜੇ ਤੁਹਾਡਾ ਬੱਚਾ ਹੁਣ ਕਾਲਜ ਦੇ ਵਿੱਚ ਜਾਣ ਨੂੰ ਰੈਡੀ ਆ, ਹਾਈ ਸਕੂਲ ਦੇ ਵਿੱਚ ਆ, ਉਹਨੂੰ ਸਟਾਰਟ ਕਰੀਅਰ ਪਲੈਨਿੰਗ। ਉਹਨੂੰ ਪੁੱਛੋ ਕਿ ਕਿਹੜਾ ਕਾਲਜ 'ਚ ਜਾਣਾ ਬੇਟਾ, ਤੂੰ ਕੀ ਕਰਨਾ ਆਪਣੀ ਲਾਈਫ ਦੇ ਵਿੱਚ। ਇਹ ਨਾ ਹੋਵੇ ਕਿ ਤੁਸੀਂ ਉਹਨੂੰ ਸੋਚੋ ਕਿ ਤੂੰ ਆਹ ਕਰਨਾ, ਅਸੀਂ ਇੱਦਾਂ ਕੀਤਾ, ਤੂੰ ਆਹ ਕਰਨਾ ਆ। ਨਾ, ਉਹਨੂੰ ਵੀ ਚਾਂਸ ਦਿਆ ਕਰੋ ਲਿਸਨ ਕਰਨ ਨੂੰ। ਹੁਣ ਬਹੁਤ ਜ਼ਿਆਦਾ ਬੱਚੇ ਗ੍ਰੈਜੂਏਟ ਹੋ ਚੁੱਕੇ ਆ, ਆਪਣਾ ਕਰੀਅਰ ਪੈਥ ਬਣਾ ਰਹੇ ਹੈਗੇ, ਕਈ ਬੱਚਿਆਂ ਨੇ ਕੋਲ ਘਰਾਂ ਦੇ ਰਹਿਣਾ, ਕਈਆਂ ਨੇ ਦੂਰ ਭੱਜਣ ਦੀ ਕੋਸ਼ਿਸ਼ ਕਰਨੀ ਆ, ਬਿਕੋਜ਼ ਉਹਨਾਂ ਦਾ ਘਰ ਦਾ ਮਾਹੌਲ ਨਹੀਂ ਠੀਕ ਹੁੰਦਾ ਗਾ। ਸੋ ਐਜ਼ ਪੇਰੈਂਟਸ, ਸਾਰਿਆਂ ਨੂੰ ਚਾਹੀਦਾ ਕਿ ਆਪਣੇ ਨਿਆਣਿਆਂ ਦੇ ਨਾਲ ਟਾਈਮ ਸਪੈਂਡ ਕੀਤਾ ਜਾਵੇ। ਨਿਆਣੇ ਦਾ ਇਨਵਾਇਰਮੈਂਟ ਇੱਦਾਂ ਕ੍ਰੀਏਟ ਕਰੋ ਕਿ ਉਹ ਬਾਹਰ ਜਾਂਦਾ ਤਦ ਵੀ ਵੈਲਿਊ ਰੱਖੇ, ਜਾਂ ਘਰ ਦੇ ਕੋਲ ਸਕੂਲ ਪੜ੍ਹਦਾ ਤਦ ਵੀ ਤੁਹਾਡੀ ਵੈਲਿਊ ਰੱਖੇ, ਐਂਡ ਉਹ ਬੌਂਡ ਰਹੇ, ਉਹ ਪਿਆਰ ਰਹੇ, ਉਹ ਅੰਡਰਸਟੈਂਡਿੰਗ ਹੋਵੇ। ਸੋ ਇਹਨੂੰ ਗੁੱਡ ਪੇਰੈਂਟਿੰਗ ਕਹਿੰਦੇ ਆ, ਸਪੈਂਡ ਟਾਈਮ ਵਿਦ ਯੂਰ ਕਿਡਸ। ਅਤੇ ਮੈਨੂੰ ਪਤਾ ਵੀ ਆ ਕਿ ਕਈਆਂ ਦੇ ਸੈਪਰੇਸ਼ਨ ਆ, ਡਿਵੋਰਸ ਹੈ, ਜਾਂ ਕਿੱਦਾਂ ਵੀ ਆ, ਪਰ ਹਰ ਇੱਕ ਪੇਰੈਂਟ ਆਪਣਾ ਰੋਲ ਆਪਣਾ ਨਿਭਾ ਸਕਦਾ ਹੈਗਾ ਆ। ਸੋ ਹੈਪੀ ਲਿਵਿੰਗ ਐਂਡ ਹੈਪੀ ਲਾਈਫ ਰਹਿਣ ਨੂੰ। ਤੁਸੀਂ ਸਟਾਰਟ ਥਿੰਗਸ ਐਟ ਹੋਮ, ਘਰ ਤੋਂ ਚੇਂਜਿਸ ਕਰਨੀਆਂ ਸ਼ੁਰੂ ਕਰੋ। ਗੋਡ ਬਲੈਸ ਯੂ ਗਾਇਜ਼ ਆਲ।